ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚਾ ਜੰਮੂ ਡਿਸਟ੍ਰਿਕਟ ਦੇ ਜਿੰਨੀ ਵੀ ਕਨਸਟੀਚੁਐਂਸੀਆਂ ਜਿਹੜੀਆਂ 11 ਕਨਸਟੀਚੁਐਂਸੀਆਂ ਦੇ ਸਾਡੀ ਸਿੱਖ ਸੰਗਤ ਨੇ ਜੋ ਅੱਜ ਜੰਮੂ ਡਿਸਟ੍ਰਿਕਟ ਦੇ ਵਿੱਚ ਸਾਨੂੰ ਸਾਰੇ ਹੀ ਜੋ ਮੈਂਬਰਸ ਆਪ ਜੀ ਦੇ ਸਾਹਮਣੇ ਬੈਠੇ ਹਾਂ ਸਾਨੂੰ ਇਹ ਸੇਵਾਦਾਰੀ ਦੇ ਕੇ ਇਸ ਇੱਥੇ ਸਥਾਨ 'ਤੇ ਭੇਜਿਆ। ਸੋ ਅੱਜ ਸਭ ਤੋਂ ਪਹਿਲਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਸਾਰੀ ਹੀ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ। ਔਰ ਉਸ ਦੇ ਨਾਲ ਹੀ ਜੋ ਕਾਰਜ ਸਾਨੂੰ ਜਿਹੜੀਆਂ ਉਮੀਦਾਂ ਦੇ ਨਾਲ ਸੰਗਤ ਨੇ ਸਾਨੂੰ ਇਸ ਸਥਾਨ 'ਤੇ ਭੇਜਿਆ, ਅਸੀਂ ਪੂਰੀ ਹੀ ਮਿਹਨਤ ਅਤੇ ਲਗਨ ਦੇ ਨਾਲ ਉਸ ਕਾਰਜ ਨੂੰ ਪੂਰਾ ਕਰਾਂਗੇ। ਸੋ ਸਭ ਤੋਂ ਪਹਿਲਾਂ ਜੋ ਅਸੀਂ ਸੰਗਤਾਂ ਦੇ ਨਾਲ ਵਾਅਦੇ ਕਰਕੇ ਆਏ ਸੀ ਕਿ ਮੂਲ ਨਾਨਕ ਸ਼ਾਹੀ ਕੈਲੰਡਰ ਜਿਹੜਾ 2003 ਦੇ ਵਿੱਚ ਲਾਗੂ ਹੋਇਆ ਸੀ ਕਿ ਜਿਤਨੇ ਵੀ DGPC ਵੱਲੋਂ ਗੁਰਪੁਰਬ ਮਨਾਏ ਜਾਣਗੇ ਸਾਰੇ ਦੇ ਸਾਰੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਿਤਨੇ ਵੀ ਗੁਰਪੁਰਬ ਆਉਣਗੇ ਗੁਰੂ ਸਾਹਿਬਾਨ ਦੇ, ਇਹ ਸਾਰੇ ਗੁਰਪੁਰਬ ਅਸੀਂ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਵਾਂਗੇ। ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ 6ਵੇਂ ਪਾਤਸ਼ਾਹ ਜੀ ਦਾ ਜੋ ਇਹ 5 ਜੁਲਾਈ ਨੂੰ ਉਹਨਾਂ ਦਾ ਪ੍ਰਕਾਸ਼ ਪੰਰਬ ਦਿਹਾੜਾ ਆ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਸਮੁੱਚੀ ਸੰਗਤ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਜਿੱਥੇ ਇਹ ਵਾਲਾ ਜੋ ਗੁਰਪੁਰਬ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਜਿਸ ਦੇ ਵਿੱਚ ਬਾਹਰੋਂ ਸਾਡੇ ਕੀਰਤਨੀ ਜੱਥੇ ਹਜ਼ੂਰੀ ਰਾਗੀ ਸ਼੍ਰੀ ਸਰਦਾਰ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਹਾਜ਼ਰੀ ਭਰ ਰਹੇ ਹਨ, ਨਾਲ ਦੇ ਨਾਲ ਪ੍ਰਚਾਰਕ ਗੁਰਮਤ ਗਿਆਨ ਮਿਸ਼ਨਰੀ ਕਾਲਜ ਸਰਦਾਰ ਭਾਈ ਨਛੱਤਰ ਸਿੰਘ ਜੀ ਉਹ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰੀਆਂ ਭਰ ਰਹੇ ਹਨ। ਇਸ ਦੇ ਵਿੱਚ ਢਾਡੀ ਜੱਥਾ ਜਿਹੜਾ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਜੋ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਨੌਜਵਾਨਾਂ ਦੀ ਆਮ ਤੌਰ ਦੇ ਉੱਤੇ ਮੰਗ ਰਹਿੰਦੀ ਹੈ, ਉਹਨਾਂ ਦੇ ਉਹ ਵੀ ਭਾਈ ਸਾਹਿਬ ਜੀ ਵੀ ਹਾਜ਼ਰੀਆਂ ਭਰ ਰਹੇ ਹਨ। ਉਹਨਾਂ ਦੇ ਨਾਲ ਸਾਡੇ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਸਾਡੇ ਲੋਕਲ ਕੀਰਤਨੀ ਜੱਥੇ ਹਨ ਜਿਨ੍ਹਾਂ ਦੇ ਵਿੱਚ ਭਾਈ ਦਵਿੰਦਰ ਸਿੰਘ ਜੀ ਭਾਈ ਰਤਨ ਸਿੰਘ ਜੀ ਇਹ ਸਾਰੇ ਦੇ ਸਾਰੇ ਹਾਜ਼ਰੀਆਂ ਭਰ ਰਹੇ ਹਨ। ਸੋ ਸਮੁੱਚੀ ਸਿੱਖ ਸੰਗਤਾਂ ਨੂੰ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਤਾਂ ਕਿ ਜੋ ਇਹ ਦਿਹਾੜੇ ਅਸੀਂ ਨਿਸ਼ਚਿਤ ਕੀਤੇ ਨੇ ਜੋ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਇਹ ਦਿਹਾੜੇ ਚੱਲਦੇ ਨੇ ਅਸੀਂ ਇਹਨਾਂ ਦਿਹਾੜਿਆਂ ਨੂੰ ਇੱਕ ਹੀ ਤਰੀਕ ਨੂੰ ਇਹ ਗੁਰਪੁਰਬ ਮਨਾਏ ਜਾ ਸਕਣ। ਸੋ ਸਾਰੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸੱਦਾ ਹੈ ਕਿ ਹਰ ਸੰਗਤ ਹਰ ਗੁਰੂ ਘਰ ਦਾ ਪ੍ਰਬੰਧਕ ਆਪਣੇ ਗੁਰੂ ਘਰਾਂ ਵਿੱਚੋਂ ਦੀਆਂ ਸਟੇਜਾਂ ਤੋਂ ਅਨਾਊਂਸ ਕਰੇ ਔਰ